हां तो प्यारे बच्चों सारेन प्यारे सभी कल हम बेटा नवोदय दाखला परीक्षा तैयारी दिन आपा मॉक टेस्ट आर 527 ਦੇ ਕੁਐਸਚਨ ਨੰਬਰ 33 ਦੇ ਉੱਤੇ ਆ ਗਏ ਬੇਟਾ ਮਾਨਸਿਕ ਯੋਗਤਾ ਦੇ ਸਵਾਲ ਹੈ ਤੇ ਬੇਟਾ ਇਹ ਨੋਮਾ ਭਾਗ ਹੈਗਾ ਇਹਦੇ ਵਿੱਚ ਬੇਟਾ ਕੁਝ ਇਹ ਦੋ ਇੱਕ ਪ੍ਰਸ਼ਨਾਂ ਕਿਰਤੀ ਦਿੱਤੀ ਹੁੰਦੀ ਜਿਹਦੇ ਵਿੱਚ ਕੁਝ ਕੱਟ ਪੀਸ ਲਾਏ ਹੁੰਦੇ ਆ ਤੇ ਇੱਕ ਉੱਤਰ ਕਿਰਤੀਆਂ ਦਿੱਤੀਆਂ ਜਾਂਦੀਆਂ ਉਹ ਫਿਰ ਉਹ ਆਨਸਰ ਪੁੱਛਦਾ ਵੀ ਕਿਹੜੇ ਕੱਟ ਪੀਸ ਜੋੜ ਕੇ ਹੀਠਾਂ ਦਿੱਤੀ ਹੈ ਕਿਤੀ ਹੈ ਜਿਹੜੀ ਉਹ ਬਣ ਸਕਦੀ ਹੈ ਤਾਂ ਇੱਥੋਂ ਬੇਟਾ ਅਸੀਂ ਦਿਮਾਗ ਦੇ ਨਾਲ ਸੋਚਣਾ ਹੁੰਦਾ ਵੀ ਇਹ ਕਿੰਨੇ ਪੀਸ ਹੈਗੇ ਆ ਥੱਲੇ ਜੋੜ ਦੇ ਵਿੱਚ ਕਿੰਨੇ ਪੀਸ ਬਣਦੇ ਪਏ ਆ ਕਿਸ ਤਰ੍ਹਾਂ ਉਹ ਜੋੜਨਗੇ ਠੀਕ ਹੈ ਬੇਟਾ ਤੇ ਬੇਟਾ ਇਹ ਅਕਿਰਤੀ ਜਿਹੜੀ ਆਪਾਂ ਧਿਆਨ ਦੇ ਨਾਲ ਦੇਖਦੇ ਜਿਵੇਂ ਜਿਵੇਂ ਅਭਿਆਸ ਕਰਦੇ ਆ ਸਾਨੂੰ ਇਹਦਾ ਪਤਾ ਲੱਗ ਜਾਂਦਾ ਹੈ ਠੀਕ ਹੈ ਤਾਂ ਸਵਾਲ ਨੰਬਰ 33 ਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਬੇਟਾ ਤਾਂ ਇੱਕ ਆ ਕਿਰਤੀ ਹੈ 1 2 ਤੇ ਇਹ ਕਾ ਬੇਟਾ ਲੰਬਾ ਆ ਲੰਬੀ ਕਿਰਤੀ ਹੈਗੀ ਹੈ ਹਨਾ ਅੱਪਾ ਕੀ ਕਰਦੇ ਜੇ ਇਹਨਾਂ ਨੇ ਕੋਸ਼ਿਸ਼ ਕੀਤੀ ਜੇ ਇਹਨੂੰ ਤੇ ਇਹਨੂੰ ਜੋੜ ਦਈਏ ਇਹਨੂੰ ਤੇ ਇਹਨੂੰ ਜੋੜ ਦਈਏ ਬੇਟਾ ਤਾਂ ਬੇਟਾ ਜਦੋਂ ਅਸੀਂ ਧਿਆਨ ਨਾਲ ਅਬਜ਼ਰਵ ਕਰਦੇ ਆਹ ਇੱਕ ਲੰਬੀ ਕਿਰਤੀ ਜਿਹੜੀ ਹੈਗੀ ਆ ਆਹਾ ਬਣਦੀ ਪਈ ਆ ਤਾਂ a1 ਕਿਰਤੀ ਆ ਜਿਹੜੀ ਬੇਟਾ ਸੱਡੀ ਫਿੱਟ ਆਉਂਦੀ ਪਈ ਹੈ ਬਾਕੀਆਂ ਦੇ ਵਿੱਚ ਦੇਖੋ ਲੰਬੀ ਟ੍ਰਾਇੰਗਲ ਹੀ ਹੈ ਨਹੀਂਗੀ ਇਹਦੇ ਵਿੱਚ ਚਤਰਪੋਜ ਹੈਗੀ ਆ ਠੀਕ ਹੈ ਇਹਦੇ ਵਿੱਚ ਟ੍ਰਾਇੰਗਲਾਂ ਹੈਗੀਆਂ ਪਰ ਆਹ ਲੰਬੀਆਂ ਦੋ ਟ੍ਰਾਇੰਗਲਾਂ ਹੈ ਨਹੀਂਗੀਆਂ ਠੀਕ ਹੈ ਇਹਦੇ ਤੇ ਜਨ ਨੰਬਰਿੰਗ ਦੇ ਕੇ ਤਾਂ ਅਸੀਂ ਦਿਮਾਗ ਨਾਲ ਸੋਚਣਾ ਹੁੰਦਾ ਵੀ ਕਿਹੜੀ ਅਕਿਰਤੀ ਬਣ ਸਕਦੀ ਹੈ ਤਾਂ A1 ਹੈ ਕਿਰਤੀ ਬੇਟਾ ਸਾਡਾ ਰਾਈਟ ਆਨਸਰ ਆਉਂਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸਿਮਿਲਰਲੀ ਬੇਟਾ ਸਵਾਲ ਨੰਬਰ 34 ਆ ਗਿਆ ਇਹਦੇ ਵਿੱਚ ਵੀ ਅਸੀਂ ਦੇਖਣਾ ਹੈ ਵੀ ਕਿਹੜੀ ਅਕਿਰਤੀ ਹੈ ਜਿਹੜੀ ਉਹ ਫਿੱਟ ਹੋ ਕੇ ਬਣੂਗੀ ਤਾਂ 34 ਨੰਬਰ ਸਵਾਲ ਚ ਬੇਟਾ 1 2 3 4 5 6 ਤ੍ਰਾਇੰਗਲਾਂ ਬਣਦੀਆਂ ਪਈਆਂ ਠੀਕ ਹੈ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਬੇਟਾ ਆਹ ਦੋ ਵੱਡੀਆਂ ਟ੍ਰਾਇੰਗਲਾਂ ਹੈਗੀਆਂ ਔਰ ਆਹ ਦੋ ਵੱਡੀਆਂ ਟ੍ਰਾਇੰਗਲਾਂ ਇੱਕੋ ਜਿਹੀਆਂ ਆਹ ਦੇਖੋ ਇੱਥੇ ਹੈਗੀਆਂ ਆ ਠੀਕ ਆ ਹੋਰ ਕਿਤੇ ਵੀ ਦੋ ਇੱਕੋ ਜਿਹੀਆਂ ਇੱਥੇ ਹੈਗੀਆਂ ਪਰ ਇੱਥੇ ਆਹ ਤੀਜੀ ਵੱਡੀ ਟ੍ਰਾਇੰਗਲ ਹੈ ਨਹੀਂਗੀ ਇੱਥੇ ਦੋ ਹੀ ਵੱਡੀਆਂ ਟ੍ਰਾਇੰਗਲਾਂ ਹਨਾ ਆ ਦੋ ਵੱਡੀਆਂ ਟ੍ਰਾਇੰਗਲਾਂ ਤੇ ਆ 1 2 3 4 1 ਤੇ 61 ਟ੍ਰਾਇੰਗਲ 61 ਟ੍ਰਾਇੰਗਲ ਦੋ ਆ ਹੋਗੀਆਂ 3 ਤੇ 4 ਆ ਤੇ ਆ ट्रायंगल ਆ ਬਣ ਗਈਆਂ ਠੀਕ ਹੈ ਤਾਂ b1 ਕਿੱਤੀ ਹੈ ਜਿਹੜੀ ਸਾਡਾ ਰਾਈਟ ਆਨਸਰ ਬਣਦੀ ਪਈ ਹੈ b1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਆ ਗਿਆ ਬੇਟਾ ਸਵਾਲ ਨੰਬਰ 35 ਬੇਟਾ ਜੇਕਰ ਇਹਨਾਂ ਸਵਾਲਾਂ 'ਚ ਪਿਲੇਖਾ ਲੱਗਦਾ ਤਾਂ ਤੁਸੀਂ ਕੀ ਕਰਨਾ ਇਹਦੇ ਤੇ ਨੰਬਰਿੰਗ ਪਾ ਲਿਆ ਕਰੋ ਬਸ ਇੱਥੇ ਅਸੀਂ ਦੇਖਣਾ ਵੀ ਪੀਸ ਦੇਖ ਲੈਣੇ 1 2 3 4 5 ਪੰਜ ਪੀਸ ਹੈ ਇਦੇ ਵਿੱਚ ਇੱਕ ਟ੍ਰਾਇੰਗਲ ਆ ਥੋੜੀ ਜੀ ਟੇਢੀ ਵੱਡੀ ਹੈਗੀ ਆ ਠੀਕ ਹੈ ਤੇ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਤਾਂ ਕਿਹੜੀ ਕਿੱਥੇ ਆ ਜਿਹੜੀ ਇੱਕ ਟ੍ਰਾਇੰਗਲ ਆ ਜਿਹੜੀ ਵੱਡੀ ਸ਼ੋ ਕਰਦੀ ਪਈ ਆ ਸਾਨੂੰ ਠੀਕ ਹੈ ਇਸ ਤਰ੍ਹਾਂ ਦੀ ਟ੍ਰਾਇੰਗਲ ਉਹ ਉਹ ਲੱਭ ਲੈਣੇ ਆ ਉਸ ਤੋਂ ਬਾਅਦ ਫਿਰ ਅਸੀਂ ਆਹਾਂ ਟ੍ਰਾਇੰਗਲਾਂ ਜਿਹੜੀਆਂ ਦੇਖਾਂਗੇ ਤੇ ਬੇਟਾ ਜਦੋਂ ਅਸੀਂ ਆ ਇਹਦੇ ਵਿੱਚ E 131 ਨੂੰ ਧਿਆਨ ਨਾਲ ਦੇਖੋ ਆ ਟ੍ਰਾਇੰਗਲ ਇਹਦੇ ਵਰਗੀ ਬਣਦੀ ਪਈ ਆ ਠੀਕ ਹੈ ਹਾਂ ਆਹ ट्रायंगल ਇੱਥੇ ਫਿੱਟ ਹੁੰਦੀ ਪਈ ਹੈ ਆਹ ट्रायंगल ਇੱਥੇ ਫਿੱਟ ਹੁੰਦੀ ਵੀ ਇਕੋ ਜਿਹੀਆਂ ਹੀ ਹੈਗੀਆਂ ਆਹ ਛੋਟੀ ट्रायंगल ਇੱਥੇ ਫਿੱਟ ਹੋਗੀ ਤੇ ਆਹ ਵੱਡੀ ट्रायंगल ਇੱਥੇ ਫਿੱਟ ਹੁੰਦੀ ਪਈ ਹੈ ਤਾਂ A1 ਕਹਿੰਦੀ ਹੈ ਜਿਹੜੀ ਇਹਦਾ ਰਾਈਟ ਆਨਸਰ ਬਣਦੀ ਪਈ ਹੈ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਸਵਾਲ ਨੰਬਰ 36 ਦੇ ਵਿੱਚ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਇਹ ਕਿਸ ਤਰ੍ਹਾਂ ਬਣਦੀਆਂ ਪਈਆਂ ਆਹ ਅਕਿਰਤੀਆਂ 1 2 3 4 5 ਆ ਦੋ ਤਾਂ ਬੇਟਾ ਕੋਣ ਹੀ ਹੈਗੇ ਆ ਠੀਕ ਹੈ ਤੇ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਵੀ ਆ ਦੋ ਕੋਣ ਕਿੱਥੇ ਬਣਦੇ ਪਏ ਆ ਚੰਦਰਮਾ ਕਿੱਥੇ ਫਿਕਸ ਹੁੰਦਾ ਪਿਆ ਹੈ ਠੀਕ ਹੈ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਤਾਂ ਬੇਟਾ ਇਹਦੇ ਵਿੱਚ ਤੁਸੀਂ ਆ D1 ਕਿੱਤੀ ਨੂੰ ਧਿਆਨ ਨਾਲ ਦੇਖੋ ਆ ਦੋ ਕੋਣ ਇੱਥੇ ਬਣਦੇ ਪਏ ਆ ਹੋਰ ਕਿਤੇ ਕੋਣ ਹੀ ਨਹੀਂ ਬਣਦੇ ਆ ਕੋਣ ਟਾਈਪ ਹੈ ਕਿੱਤੀ ਹੈ ਨਾ 1 2 ਆ ਚੰਦਰਮਾ ਹੋ ਗਿਆ ਤੇ ਆ ਬੇਟਾ 1 ਤੇ 2 ਆ ਕਰਤੀਆਂ ਆਹਾ ਬਣਦੀਆਂ ਪਈਆਂ ਠੀਕ ਹੈ ਇਹ ਬੇਟਾ ਜਦੋਂ ਧਿਆਨ ਦੇ ਨਾਲ ਅਬਜ਼ਰਵ ਕਰਾਂਗੇ ਸਾਨੂੰ ਇਹ ਸਪਸ਼ਟ ਹੋ ਜਾਊਗਾ ਤਾਂ D1 ਸਾਡਾ ਰਾਈਟ ਆਨਸਰ ਬਣਦਾ ਪਿਆ ਇੰਨਾ ਕਟ ਪੀਸਾਂ ਤੋਂ ਇਹ ਹੀ ਅਕਿਰਤੀ ਬਣੂਗੀ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਇਹਦਾ ਆਖਰੀ ਭਾਗ ਆ ਗਿਆ ਇਹਦੇ ਵਿੱਚ ਬੇਟਾ ਕੀ ਹੁੰਦਾ ਇੱਕ ਪ੍ਰਸ਼ਨ ਚਿੱਤਰ ਦਿੱਤਾ ਹੁੰਦਾ ਤੇ ਹੀਠਾਂ ਉੱਤਰ ਚਿੱਤਰ ਦੇ ਵਿੱਚ 4-5 ਅਕਿਰਤੀਆਂ ਦਿੱਤੀਆਂ ਹੁੰਦੀਆਂ ਅਸੀਂ ਲੱਭਣਾ ਵੀ ਆਹ ਅਕਿਰਤੀ ਇੱਥੋਂ ਕਿਹੜੀਆਂ ਅਕਿਰਤੀਆਂ ਦੇ ਵਿੱਚ ਛੁਪੀ ਹੋਈ ਆ A B C D ਦੇ ਵਿੱਚੋਂ ਠੀਕ ਹੈ ਤਾਂ ਆ ਬੇਟਾ ਅਸੀਂ ਦੇਖਣਾ ਹੁੰਦਾ ਇਹ ਸੌਖਾ ਹੀ ਸਵਾਲ ਹੈਗਾ ਜਿਆਦਾ ਔਖਾ ਸਵਾਲ ਨਹੀਂ ਹੈਗਾ ਤਾਂ ਬੇਟਾ ਇਹ ਸਿਰਫ ਅਤੇ ਸਿਰਫ 37 ਨੰਬਰ ਦੇ ਵਿੱਚ A1 ਅਕਿਰਤੀ ਨੂੰ ਧਿਆਨ ਨਾਲ ਦੇਖੋ ਇਹ ਇੱਥੋਂ ਇੰਜ ਇੱਥੋਂ ਇੰਜ ਤੇ ਇੱਥੋਂ ਐ ਸਿੱਧੀ ਚਲੀ ਜਾਂਦੀ ਹੈ ਸਿਰਫ A1 ਇਕਾਤੀ ਹੀ ਇਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਵੀ ਇਹਦੇ ਵਿੱਚ ਆਹਾ ਕਿਰਤੀ ਲੁਕੀ ਹੋਈ ਹੈ ਤਾਂ A1 ਇਹ ਹੋਰ ਕਿਤੇ ਵੀ ਇਦਾਂ ਦੀ ਇਕਾਤੀ ਨਹੀਂ ਕੱਢੀ ਜਾ ਸਕਦੀ ਠੀਕ ਹੈ ਇਹਨੂੰ ਇੱਥੇ ਫਿਟ ਕੀਤਾ ਜਾ ਸਕਦਾ ਤਾਂ A1 ਸਾਡਾ ਰਾਈਟ ਆਨਸਰ ਆ ਗਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਆ ਬੇਟਾ ਇੱਕ ਜਿਗਜੈਗ ਜਿਹਾ ਅਸੀਂ ਦੇਖਾਂਗੇ ਕਿੱਥੇ ਬਣਦਾ ਹੈ ਠੀਕ ਹੈ ਤਾਂ ਇੱਥੋਂ ਇੰਜ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ D1 ਇਕਾਤੀ ਚ ਦੇਖੋ ਇੱਥੋਂ ਇੰਜ ਇੱਥੋਂ ਇੰਜ ਆ ਕੇ ਤੇ ਇੱਥੋਂ ਇੰਜ ਜਾਂਦਾ ਇੱਥੇ ਲੁਕੀ ਬੈਠੀ ਆ ਇਹ ਕਹਿੰਦੀ ਆ ਜਿਹੜੀ ਠੀਕ ਹੈ ਤਾਂ ਸਵਾਲ ਨੰਬਰ 38 ਦੇ ਵਿੱਚ ਬੇਟਾ ਆਹ ਕਹਿੰਦੀ ਇੱਥੋਂ ਇੰਜ ਆ ਕੇ ਇੱਥੋਂ ਇੰਜ ਇੱਥੋਂ ਇੰਜ ਆ ਦੇਖੋ ਆ ਆਹੀ ਬਣਦੀ ਪਈ ਇਹ ਕਹਿੰਦੀ ਤੇ ਡੀ 1 ਸਾਡਾ ਰਾਈਟ ਆਨਸਰ ਆਊਗਾ ਡੀ 1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 ਤਾਂ ਬੇਟਾ ਇੱਥੋਂ ਕਰਵ ਜੀ ਦੇ ਕੇ ਇੱਥੋਂ ਇੰਜ ਡੇਟਾ ਆ ਜਾਂਦਾ ਹੈ ਤੇ ਬੇਟਾ ਈ ਦੇ ਵਿੱਚ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਮੈਨੂੰ ਲੱਗਦਾ ਹੂਰ ਤਾਂ ਕਿਸੇ ਵੀ ਇਕਿਤੀ ਦੇ ਵਿੱਚ ਜਿਹੜੀ ਇਹ ਕਰਵ ਆ ਸਾਨੂੰ ਨਹੀਂ ਦਿਖਦੀ ਪਈ ਹੈ ਨਾ ਆ ਕਰਵ ਦੇ ਕੇ ਇੱਥੋਂ ਇੰਜ ਨੂੰ ਆ ਗਈ ਠੀਕ ਹੈ ਤੇ ਸਿਰਫ ਬੇਟਾ ਆਹੀ ਹੈ ਬੀ 1 ਦੇ ਵਿੱਚ ਇਹ ਕਰਵ ਦਿਖਦੀ ਪਈ ਹੈ ਤੇ ਆ ਥੱਲੇ ਨੂੰ ਆਉਂਦੀ ਪਈ ਹੈ ਬੀ 1 ਹੈ ਕਿਰਤੀ ਹੀ ਤੁਹਾਡਾ ਰਾਈਟ ਆਨਸਰ ਬਣੂਗੀ ਬੀ 1 ਨੂੰ ਅਸੀਂ ਐਸੇ ਰਾਈਟ ਆਨਸਰ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਹਦਾ ਲਾਸਟ ਸਵਾਲ 40 ਨੰਬਰ ਸਵਾਲ ਤੇ 40 ਨੰਬਰ ਸਵਾਲ ਦੇ ਵਿੱਚ ਬੇਟਾ ਆ ਦੇਖੋ ਆ ਪੰਜ ਪੁਜ ਬਣੀ ਆ ਆ ਸਾਈਡ ਲੰਬੀ ਐ ਅਸੀਂ ਦੇ ਸੋਚ ਕੇ ਦੇਖਣਾ ਵੀ ਕਿੱਥੇ ਇਹ ਅਕਿਰਤੀ ਆ ਜਿਹੜੀ ਐਗਜ਼ਿਸਟ ਕਰਦੀ ਪਈ ਆ ਇੱਥੋਂ ਇੰਜ ਇੱਥੋਂ ਐਂਡੇ ਐਂਡੇ ਲੰਬੇ ਤੇ ਇੰਜ ਠੀਕ ਐ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆ ਆ ਦੇਖੋ ਬੇਟਾ ਅ ਇਥੋਂ ਐਂਡ ਇਥੋਂ ਐਂਡ ਇਥੋਂ ਐਂਡ ਆ ਦੇਖੋ ਆ e1 ਕਿੱਤੀ ਦੇ ਵਿੱਚ ਆਹ ਕਿੱਤੀ ਛੁੱਲੂ ਕੀ ਹੋਈ ਹੈ ਠੀਕ ਹੈ ਉਰਲੀ ਲਾਈਨ ਨਹੀਂ ਆਪਰਲੀ ਲਾਈਨ ਦੇ ਵਿੱਚ ਆ ਜਾਓ ਤਾਂ e1 ਸਾਡਾ ਰਾਈਟ ਆਨਸਰ ਬਣੂਗਾ ਹੋਰ ਕਿਤੇ ਵੀ ਇਹ ਕਿੱਤੀ ਨਹੀਂ ਛਿਪੀ ਹੋਈ ਠੀਕ ਹੈ e1 ਨੂੰ ਅਸੀਂ ਐਜ਼ a ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 40 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਟਾ ਜੀ